ਕੀ ਹਾਲ ਚਾਲ। ਉਮੀਦ ਕਰਦਾ ਵੀ ਸਾਰੇ ਜਣੇ ਤੁਸੀਂ ਕੈਂਟ ਹੋ ਗਏ ਅਤੇ ਮੈਂ ਤੁਹਾਡਾ ਆਪਣਾ ਤਾਲੀਵਾਲ ਅਤੇ ਤੁਸੀਂ ਦੇਖ ਰਹੇ ਹੋ ਤਾਲੀਵਾਲ ਗੇਮਿੰਗ। ਅਤੇ ਸਾਰੇ ਜਣੇ ਬਾਈ ਮੇਕ ਸ਼ੋਰ ਕਰ ਲਿਓ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਊ ਅਤੇ ਲਾਈਕ ਸ਼ੇਅਰ ਕਰ ਦਿਓ। ਅਤੇ ਜਿਨ੍ਹਾਂ ਨੇ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਉਹ ਜਾ ਕੇ ਜ਼ਰੂਰ ਦੇਖਿਓ, ਕਿਉਂਕਿ ਫਿਰ ਤੁਹਾਨੂੰ ਪਤਾ ਲੱਗੂ ਵੀ ਚੱਲ ਕੀ ਰਿਹਾ ਨਾ। ਅਤੇ ਚਲੋ ਮਿਲਦੇ ਹਾਂ ਗੇਮ ਦੇ ਵਿੱਚ, ਆ ਜਾਓ। ਅਤੇ ਬਾਈ ਆਹ ਟਰੈਕਟਰ ਆਪਾਂ ਲੈ ਕੇ ਆਏ ਸੀ ਫੋਰਡ, ਇਹਦਾ ਆਪਾਂ ਇਹਦੀ ਮੋਡੀਫਿਕੇਸ਼ਨ ਕਰਨੀ ਆ ਹੁਣ। ਅਤੇ ਬਾਈ ਨਾਲ ਆਪਣੀ ਗੱਲ ਹੋ ਗਈ ਅਤੇ ਉਹ ਕਹਿੰਦਾ ਜੀ ਆ ਜਾਓ ਤੁਸੀਂ, ਠੀਕ ਹੈ। ਅਤੇ ਜਦੋਂ ਮਤਲਬ ਕਰਕੇ ਦੇ ਦਿਓ, ਅੱਜ ਨੂੰ ਚਲਾ ਕੇ ਦੇਖਣਾ, ਠੀਕ ਹੈ, ਵੀ ਕਿੰਨਾ ਕਿਸੇ ਜ਼ੋਰ ਜ਼ੋਰ ਮਾਰਦਾ। ਅਤੇ ਬੱਲੇ ਬੱਲੇ ਕਰਾ ਦੇਣੀ ਕਹਿੰਦੇ ਜੀ। ਅਤੇ ਲਓ ਹੁਣ ਧੂੰਆਂ ਦੇਖੋ, ਓਹੋ। ਅਤੇ ਆ ਬਈ ਤੂੜੀ ਵਾਲੀ ਮਸ਼ੀਨ ਚੈੱਕ ਕਰੋ, ਇਹ ਅਸੀਂ ਥੋੜ੍ਹਾ ਮੋਟਾ ਇਹਦਾ ਕੰਮ ਕੀਤਾ ਅਤੇ ਲਾਇਆ ਹੁਣ ਆਪਾਂ ਆਪਣੇ ਭਰਨ 'ਤੇ ਨਾ। ਉੱਪਰ ਲੱਗੇ ਵੀ ਸਿੱਧੂ ਮੂਸੇ ਵਾਲੇ ਬਾਈ ਦੀ ਫੋਟੋ ਲਵਾਈ ਸੀ ਕਹਿੰਦੇ ਬਾਈ ਨੇ, ਅਤੇ ਮੁੰਡੇ ਨੂੰ ਕਹਿੰਦੇ ਸਨੀ ਸਨੀ ਕਹਿੰਦੇ ਆ। ਅਤੇ ਟਰਾਲੀ ਤੁਸੀਂ ਚੈੱਕ ਕਰ ਹੀ ਲਈ, ਅਤੇ ਘਰ ਆਪਣਾ ਉਹ ਦੇਖੋ ਕਹਿੰਦੇ ਜੀ ਚੌੜੇ ਦਰਵਾਜ਼ਿਆਂ ਵਾਲੇ ਘਰ ਸਾਡੇ ਹੀ ਨੇ। ਆਪਣਾ ਜਿਹੜਾ ਤੂੜੀ ਬਣਾ ਕੇ ਦੇਖਦੇ ਮਾੜਾ ਮੋਟਾ ਕੋਈ ਕਿੰਨਾ ਫਰਕ ਫੁਰਕ ਪੈਂਦਾ। ਇੱਥੇ ਸਹੀ ਹੈ ਬਾਈ, ਅਤੇ ਕਈ ਕਈ ਟਰੈਕਟਰ ਦੀ ਮਸ਼ੀਨ ਜੀ ਸਹੀ ਕੰਮ ਕਰਦੀ ਹੈ ਅਤੇ ਕਈਆਂ ਦੇ ਪਤਨੀ ਨੂੰ ਕੀ ਹੋ ਜਾਂਦਾ ਯਾਰ। ਚਲੋ ਕੋਈ ਚੱਕਰ ਨਹੀਂ, ਚੱਲੀ ਜਾਂਦਾ ਕੰਮ। ਗੌਰਵ ਨੂੰ ਕਹਿੰਦੇ ਵੀ ਦੂਜੀ ਟਰਾਲੀ ਪਾ ਲਿਆ ਕਰੋ, ਫੇਰ ਹੀ ਇੱਥੇ ਇਹ ਭਰਨੀ, ਇੱਦਾਂ ਨਹੀਂ ਭਰਨੀ ਟਰਾਲੀ। ਬਾਕੀ ਜਿਹੜੇ ਸਾਡੇ ਹਾਲਾਤ ਜੀ ਮੈਨੂੰ ਲੱਗੀ ਜਾਂਦੇ ਨੇ, ਮੈਨੂੰ ਲੱਗਦਾ ਇੱਕ ਵੀ ਨਹੀਂ ਭਰਨੀ। ਫੋਰਡ ਤੁਸੀਂ ਦੇਖ ਹੀ ਲਿਆ ਆਪਾਂ ਕਹਿੰਦੇ ਫੋਰਡ, ਤੁਸੀਂ ਲਾਈਟਾਂ ਦਿਖਾਈਏ ਫੋਰਡ ਦੀਆਂ ਬਾਈ, ਚੈੱਕ ਕਰੋ ਤੁਸੀਂ। ਆਹ ਕੰਮ 2-2.5 ਸਾਲ ਪਹਿਲਾਂ ਵਾਲੇ ਆ, ਉਸ ਤੋਂ ਬਾਅਦ ਹਜੇ ਤੱਕ ਕੋਈ ਆਪਾਂ ਸੋਚਿਆ ਨਹੀਂ ਕਰਦਾ, ਕਿਉਂਕਿ ਉਹ ਵੀ ਚੱਲੀ ਜਾਂਦੇ ਆ, ਕੋਈ ਹੈ ਹੀ ਨਹੀਂ ਐਡਾ ਕੋਈ ਨਵੀਂ ਤਗੜੀ ਚੀਜ਼ ਕੋਈ ਕਰੀਏ ਨਾ। ਅਤੇ ਕਿਆ ਬਾਤ ਆ, ਕਿਆ ਬਾਤ ਆ ਕਹਿੰਦੇ ਮੇਰੇ ਵੀਰੋ। ਅਤੇ ਆਪਣੇ ਪਤਾ ਨਹੀਂ ਕਿੱਧਰ ਲੰਘ ਗਏ ਯਾਰ, ਉਹਨਾਂ ਦੀ ਵੇਟ ਕਰਦੇ, ਜਦੋਂ ਆਉਣਗੇ ਫਿਰ ਆਪਾਂ ਕਹਿੰਦੇ ਅਗਲੇ ਕੰਮ ਕਹਿੰਦੇ ਉਦੋਂ ਸ਼ੁਰੂ ਕਰਨੇ ਆ। ਚੱਲ 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 ਬਾਈ, ਹੁਣ ਇੱਕ ਲੈਣ ਲਾਈ 10% ਹੋਇਆ ਇਹਦੇ ਵਿੱਚ। ਹੌਲੀ 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 ਧਿਆਨ ਨਾ ਧਿਆਨ ਨਾ ਧਿਆਨ, ਥੋੜ੍ਹੀ ਜਿਹੀ ਹੈਵੀ ਘਾਟਾ ਮਿਲਣਾ ਮਸ਼ੀਨ, ਤਾਂ ਕਰਕੇ ਨਾ ਇੱਦਾਂ ਕਰਦੀ ਰਹਿੰਦੀ। ਟਰਾਲੀਆਂ ਮਿਲਾਪ ਨੂੰ ਆਪਾਂ ਨੂੰ ਆਪ ਹੀ ਢੋਣੀਆਂ ਪੈਣੀਆਂ, ਅਤੇ ਉਹਦਾ ਕੰਮ ਹੋ ਗਿਆ ਬਾਈ, ਉਹਦਾ ਤਾਂ ਠੀਕ ਹੈ। ਅਤੇ ਤਾਂ ਕਰਕੇ ਨਾ ਬਸ ਸਾਨੂੰ ਐਂ ਸੀ ਵੀ ਚੱਲ ਜੇ ਕੰਮ ਚੱਲ ਜਾਂਦਾ ਚੱਲ ਜਾਂਦਾ, ਅਤੇ ਹੁਣ
ਤੁਸੀਂ ਪਿਛਲੀ ਵਾਰੀ ਮੈਂ ਤੁਹਾਨੂੰ ਪੁੱਛਿਆ ਸੀ, ਕਮੈਂਟ ਕਰਕੇ ਦੱਸਿਓ ਵੀ ਕਿਹੜਾ ਤੁਸੀਂ ਚਾਹੁੰਦੇ ਹੋ ਵੀ ਟਰੈਕਟਰ ਆਪਾਂ ਉਹਦੇ 'ਤੇ ਚੜ੍ਹਾਈਏ ਨਾ, ਅਤੇ ਉਹ ਦੱਸ ਦਿਓ, ਫਿਰ ਉਹੀ ਆਪਾਂ ਟਰੈਕਟਰ ਉਹਦੇ ਉੱਤੇ ਹੁਣ ਹੋਰ ਲੈ ਕੇ ਆਵਾਂਗੇ, ਕਿਉਂਕਿ ਸੀਜ਼ਨ ਖਤਮ ਹੁੰਦਾ ਜਾਂਦਾ, ਉਦੋਂ ਪਹਿਲਾਂ ਪਹਿਲਾਂ ਆਪਾਂ ਸਾਰੇ ਕਵਰ ਕਰ ਲਈਏ, ਅਤੇ ਫਿਰ ਅਗਲੇ ਸੀਜ਼ਨ ਦੀਆਂ ਗੱਲਾਂ ਚੱਲ ਪੈਣਗੀਆਂ ਬਾਈ। ਚਲੋ ਮੁੰਡੇ ਮਿਲਦਾ ਮੈਂ ਤੁਹਾਨੂੰ, ਟਰਾਲੀ ਭਰ ਕੇ ਮਿਲਦਾ, ਠੀਕ ਹੈ, ਆ ਬਾਹਣ ਦੀ ਕਰ ਲਈਏ ਕਵਰ ਜੀ ਸਾਰੀ ਆਪਾਂ। ਭਰ ਗਈ ਅਤੇ ਕੱਢ ਗਏ ਆਪਾਂ, ਠੀਕ ਹੈ। ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਯਾਰ, ਮਸ਼ੀਨ ਥੋੜ੍ਹੀ ਜਿਹੀ ਪ੍ਰੋਬਲਮ ਕਰਦੀ। ਚਲੋ ਟਰੈਕਟਰ ਹੋਰ ਲਿਆਉਂਦੇ ਯਾਰ, ਇਹ ਨਾ ਮੈਨੂੰ ਟਰੈਕਟਰ ਹੀ ਨਹੀਂ ਪਸੰਦ ਆ ਰਿਹਾ, ਠੀਕ ਹੈ, ਹੋਰ ਲਾਉਂਦੇ ਇਹਦੇ 'ਤੇ ਟਰੈਕਟਰ ਆਪਾਂ, ਅਤੇ ਇਹਨੂੰ ਕੱਢ ਕੇ ਆਈਏ, ਅਤੇ ਇਹ ਕਿਉਂਕਿ ਇਹ ਤਾਂ ਆਪਾਂ 2-4 ਦਿਨਾਂ ਖਾਤਰ ਲੈ ਕੇ ਆਏ ਸੀ। ਅਤੇ ਲੈ ਮੁੰਡਾ ਆ ਗਿਆ, ਕਹਿੰਦੇ ਹੋਰ ਗੁਣਸ਼ਾਨ ਕੀ ਹਾਲ ਚਾਲ ਹੈ, ਵਧੀਆ ਵਧੀਆ, ਹੋਰ ਬਸ ਕੁਛ ਨਹੀਂ, ਤੇ ਹੋਰ ਸੁਣਾਓ ਕੀ ਬਣਦਾ। ਕੁਛ ਨਹੀਂ ਬਣਦਾ ਯਾਰ, ਬਸ ਆਹੀ ਤੈਨੂੰ ਪਤਾ ਕੰਮ ਧੰਦੇ। ਆ ਟਰੈਕਟਰ ਲੈ ਕੇ ਆਉਂਦਾ ਸੀ ਯਾਰ, ਉਹ ਸਨੀ ਨਹੀਂ ਮੁੰਡਾ ਬਠਿੰਡੇ ਵਾਲਾ, ਉਹਦਾ ਮੋਡੀਫਾਈ ਕਰਨਾ ਸੀ, ਹਾਂ ਹਾਂ ਅਸੀਂ ਚੱਲ ਐਂ ਸੋਚਿਆ, ਮੈਂ ਕਿਹਾ ਚੱਲ ਇੱਥੇ ਲਾ ਲੈਂਦੇ ਹਾਂ ਕੰਮ 'ਤੇ ਨਾ। ਠੀਕ ਹੈ, ਚਲੋ ਵਧੀਆ, ਨਾਲੇ ਕੰਮ ਦੇ ਜਾਂਦੀ ਚੀਜ਼। ਮੈਂ ਆਉਣਾ ਬਸ, ਮੈਨੂੰ ਖੜਾ ਕੇ ਨਾ ਹੋਰ ਲੈ ਕੇ ਆਉਣਾ ਆਪਣਾ ਟਰੈਕਟਰ ਯਾਰ। ਕੋਈ ਨਹੀਂ ਕੋਈ ਨਹੀਂ, ਮੁੰਡੇ ਚੈੱਕ ਕਰੋ ਤੁਸੀਂ ਆਪਣਾ ਘਰ, ਤੇ ਨਾਲੇ ਆ ਤੈਨੂੰ ਅੱਜ ਘਰ ਦਿਖਾਈਏ। ਆ ਗਿਆ ਆ ਗਿਆ, ਓਏ ਹੋਏ ਹੋਏ, ਟਰਾਲੀ ਲਈ ਆਉਂਦਾ ਮੈਂ ਵੀ। ਆ ਜਾ ਆ ਜਾ, ਬੰਦ ਹੀ ਕਰ ਲਈਏ ਕਿਉਂਕਿ ਇਹਨੇ ਸਾਡੀ ਆਵਾਜ਼ ਸੁਣ ਨਹੀਂ ਦੇਣੀ। ਮੋੜ ਲਿਆ ਮੋੜ ਲਿਆ ਮੋੜ ਲਿਆ ਮੋੜ ਲਿਆ, ਉਹ ਵਾਹ ਵੀ ਵਾਹ, ਬਰਾਂਡੇ ਬੜੇ ਸੋਹਣੇ ਪਾ ਲਏ। ਹੋਰ ਯਾਰ, ਮੈਂ ਕਿਹਾ ਚੱਲ ਕੱਢ ਦਈਏ ਕੱਚ, ਠੀਕ ਹੈ, ਟਰੈਕਟਰ ਦੇ ਸਾਰੇ ਹੋਰ ਲੱਗਦੇ ਹੋਰ ਖੜੇ ਸੋਹਣੇ, ਹੁਣ ਇਹਨੂੰ ਲਾਉਣੇ ਯਾਰ, ਤੂੜੀ ਵਾਲੇ ਮੈਂ ਤੇ। ਨਾ ਸਿਰਾ ਹੀ ਲੱਗਦੇ ਆ, ਹੋਰ ਬਸ ਅੱਗੇ ਅੱਗੇ ਦੇਖ ਬਣਦਾ ਕਿ ਨਾ, ਕੋਠੀ ਪਾਈ ਇੱਧਰ, ਹੁਣ ਇਹਨੂੰ ਵੀ
ਹੋ ਗਈ हाँ हाँ ਸਿਗਲ ਜੀ ਆ ਗਈ ਯਾਰ, ਰੰਗ ਨੂੰ ਕਰਾਵਾਂਗੇ ਹੁਣ अच्छा ਵਧੀਆ ਜਿਹਾ। अच्छा ਹਾਂ ਐਂ ਕਰੀ ਨਾ, करा दो बढ़िया। ਆ ਖੂੰਜੇ ਚ ਲਾ ਲਾ ਟਰਾਲੀ, ਤੇ हाँ हाँ ਗਊਸ਼ਾਲਾ ਵੀ ਛੱਡ ਕੇ ਆਉਣੀਆਂ ਨੇ ਪਟਰਾਲੀਆਂ ਯਾਰ ਨਾ ਦੋ ਚਾਰ, ਤੇ ਫਿਰ ਦੇਖਦੇ ਉਹਨੇ ਠੀਕ ਹੈ। ਆਹ ਟਰੈਕਟਰ ਦੇਖਦੇ ਚਲਾ ਕੇ ਉੱਥੇ, ਇੱਕ ਟਰੈਕਟਰ ਨਾ ਬੜਾ ਹੋਇਆ ਪਿਆ ਕੰਮ ਧੰਦਾ। ਤੇ ਤੂੰ ਦੱਸ ਹੋਰ ਸੁਣਾ ਕੋਈ ਗੱਲਬਾਤ ਨਵੀਂ। ਹੋਰ ਕੁਛ ਨਹੀਂ, ਚਲੋ ਮੈਂ ਫਿਰ ਟਰਾਲੀ ਲਾ ਲਾਂ ਬੈਗ ਇੱਥੇ। ਲਾ 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 ਇੱਥੇ ਲਾਈਏ ਸਿੱਟ ਕੇ ਲੈਫਟ ਥੋੜ੍ਹੀ ਜਿਹੀ, ਚੱਲ 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 ਮੁੰਡੇ ਕਹਿੰਦੇ ਸਵਰਾਜ ਚੈੱਕ ਲਾਉਂਦਾ ਫਿਰ ਸਿਰਾ। ਹੁਣ ਭਰਦੇ ਟਰਾਲੀ ਭਾਈ ਇਹਦੇ ਨਾਲ, ਠੀਕ ਹੈ ਨਾਲੇ ਗੁਲਸ਼ਾਨ ਬਾਈ ਦੇ ਵੀ ਕੰਮ ਕੰਮ ਕਹਿੰਦਾ ਸੀ, ਕਹਿੰਦਾ ਉਹਦੇ ਹੈ ਅਜੇ ਦੋ ਚਾਰ ਦਿਨਾਂ ਤੱਕ ਨਾ, ਠੀਕ ਹੈ ਅਤੇ ਉਹਨੇ ਆਪਾਂ ਆਪਣੇ ਪਹਿਲਾਂ ਮਹਾਂ ਕੰਮ ਨਿਬੇੜ ਦੇ ਸਾਰਾ ਤੂੜੀ ਵਾਲਾ ਨਾ, ਆਪਣੇ ਨਿਬੜੂ ਤਾਂ ਹੀ ਸਾਰਾ ਹੋਊ। ਬਸ ਇੱਦਾਂ ਹੀ ਆ, ਉਦੋਂ ਬਾਅਦ ਬਾਂਹ ਬਹਾਈ ਦਾ ਕੰਮ ਚੱਲ ਪਊ, ਬਸ ਐਂ ਕਰਦੇ ਕਰਾਉਂਦੇ ਕਹਿੰਦੇ ਜੀ ਕੰਮ ਸਾਰੇ ਕਰੀ ਜਾਵਾਂਗੇ। ਨਿਕਲੀਏ ਕੰਮ, ਕਿਆ ਬਾਤ ਹੈ ਕਿਆ ਬਾਤ ਹੈ ਕਹਿੰਦੇ, ਕਿਆ ਬਾਤ ਬਾਤ ਹੋਈ ਪਈ ਗਈ। ਜਿਹੜੇ ਹਿਸਾਬ ਨਾਲ ਤੁਰਦਾ ਨੇ ਟਰਾਲੀ ਟਰੂ ਤਾਂ ਬਹੁਤ ਟਾਈਮ ਨਾ ਭਰਨੀ। ਕਿਉਂਕਿ ਐ ਨਾ ਗੇਮ ਵਾਲੀ ਜਾਂ ਟਰਾਲੀਆਂ ਦੀ ਕੈਪੇਸਿਟੀ ਥੋੜ੍ਹੀ ਜ਼ਿਆਦਾ ਆ, ਤਾਂ ਕਰਕੇ ਨਾ ਘੱਟ ਹੋਵੇ ਹੋਰ ਤਾਂ ਨੇੜੇ ਲਾ ਦੀ ਹੁੰਦੀ ਨੀ। ਉਹਨੂੰ ਵੀ ਟੋਚਨ ਪਾ ਕੇ ਲੈ ਕੇ ਜਾਣਾ ਘਰੇ, ਕਿਉਂਕਿ ਉਹਦਾ ਹੋ ਗਿਆ ਕੰਮ। ਚੱਲਦਾ ਦੇਖੋ ਬਈ ਕਿੰਨਾ ਲੱਗਦਾ ਘੈਂਟ ਹੋ ਕਹਿੰਦੇ। ਬਸ
ਸਹੀ ਪ੍ਰੋਫੈਸਰ ਆ। ਚੈੱਕ ਕਰੋ ਸਰ ਹੀ ਹੋਇਆ ਪਿਆ ਬਈ। ਲਿਫਟ ਆਪਣੇ ਆਪ ਪਤਾ ਨਹੀਂ ਕਿੱਦਾਂ ਉੱਚੀ ਚੱਕ ਲੈਂਦਾ ਹੈ ਟਰੈਕਟਰ ਦਾ ਨਾ, ਭਾਰਾ ਪਾਊ ਹੈ। ਇਹ ਪੰਪ ਦਾ ਵਾਲਾ ਕੰਮ ਮਾੜਾ ਮੋਟਾ ਨਵੇਂ ਟਰੈਕਟਰ ਦਾ ਹੀ ਕਰਾਉਣਾ ਪੈਣਾ ਆਪਾਂ ਨੂੰ, ਅਤੇ ਬਾਕੀ ਤੁਸੀਂ ਚੈੱਕ ਕਰੋ ਯਾਰ। ਨਵਾਂ ਸਵਰਾਜ ਤਾਂ ਕਹਿੰਦੇ ਫਿਰ ਨਵਾਂ ਹੀ ਹੈ, ਨਵਾਂ ਹੀ ਆ ਮੇਰੇ ਵੀਰ, ਨਵਾਂ ਸਿਰਾ ਹੋਇਆ ਪਿਆ। ਬਣਗੀ ਥੋੜ੍ਹੀ ਆਪਣੀ, ਮਤਲਬ ਥੋੜ੍ਹੀ ਰਹਿ ਗਈ। ਚਲੋ ਉਦੋਂ ਚੱਲਦੇ ਆਪਾਂ ਘਰ ਨੂੰ, ਮੈਂ ਕਿਹਾ ਥੋੜ੍ਹੀ ਕੱਲ੍ਹ ਨੂੰ ਛੱਡਦੇ ਹਾਂ ਵੀ ਚੱਕ ਹੀ ਲਈਏ ਯਾਰ। ਸਵਰਾਜ ਸਵਰਾਜ ਹੀ ਆ ਭਾਈ, ਬਹੁਤ ਘੈਂਟ ਜੀ ਹੈ। ਬੱਲੇ ਬੱਲੇ ਕਰਾਈ ਪਈ ਹੈ ਮੁੰਡੇ, ਰੈਡ 'ਚ ਹੀ ਜਾਣ ਵਾਲੀ ਆ। ਆਪਾਂ ਗਰਮ ਨਹੀਂ ਹੋ ਸਕਦਾ, ਕੋਈ ਚੱਕਰ ਵਾਲੀ ਗੱਲ। ਲਾਂਗਾ ਥੋੜ੍ਹਾ ਜਿਹਾ ਬੜਾ ਗੇਅਰ ਲਾ ਲਈਏ ਵੱਡਾ ਜਿਹਾ। ਲਾਂਗਾ ਹੈ ਨਹੀਂ ਇੰਨਾ, ਨਿਬੜ ਗਿਆ ਕੰਮ ਆਪਣਾ। ਉਹਨਾਂ ਨੂੰ ਘਰੇ ਲਾ ਕੇ ਆਪਾਂ ਇਹਨੂੰ ਘਰ ਲੈ ਕੇ ਜਾਣਾ ਯਾਰ ਤੁਸੀਂ ਮਸ਼ੀਨ ਨੂੰ। ਦੋਸਤੋ ਫਿਰ ਭਾਈ ਜਾਣਾ ਆਪਾਂ ਕਿਤੇ ਹੋਰ, ਕਹਿੰਦੇ ਇੱਕ ਟਰੈਕਟਰ ਲੈ ਕੇ ਆਉਣਾ, ਅਤੇ ਉਹ ਲੈ ਕੇ ਆਵਾਂਗੇ ਤੁਹਾਡੇ ਲਈ ਨੈਕਸਟ ਵੀਡੀਓ ਦੇ ਵਿੱਚ, ਅਤੇ ਉਹਦੇ ਵਿੱਚ ਲਿੰਕ ਹੋਊਗਾ, ਅਤੇ ਉਹ ਤੁਸੀਂ ਕਰ ਲਿਓ ਡਾਊਨਲੋਡ, ਅਤੇ ਬਾਕੀ ਕਰ ਲਓ ਜਿਹਨੇ ਕਾਪੀ ਕਰਨਾ, ਜਿਹਨੇ ਚੱਕਣਾ ਚੱਕ ਲਿਓ। ਠੀਕ ਹੈ, ਕੌਣ ਹੈ ਇਹ ਲੋਕ, ਕਹਾਂ ਸੇ ਆਤੇ ਹੈ?
ਇਨਕੇ ਪਾਸ ਕਹਿੰਦੇ ਆ ਗਿਆ ਆਪਾਂ ਬਾਈ ਇੱਥੇ ਘਰੇ, ਇਹ ਕਰੀਏ ਬੰਦ ਅਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ, ਜਿਉਂਦੇ ਵੱਧਦੇ ਰਹੋ ਅਤੇ ਬਾਕੀ ਕਿਆਰ ਲਾਈਕ ਸ਼ੇਅਰ ਚੈਨਲ ਕਰ ਲਿਓ ਸਬਸਕ੍ਰਾਈਬ।